ਆਪਾਂ ਅਕਸਰ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਜਿੱਥੇ ਸਟੂਡੈਂਟ ਪਲੱਸ ਟੂ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਕਿਵੇਂ ਸਹੀ ਢੰਗ ਦੇ ਨਾਲ ਅੱਗੇ ਵਧਣ। ਅਸੀਂ ਕਈ ਵਾਰੀ ਜੋ ਹੈ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਵੀ ਗੱਲ ਕਰਦੇ ਹਾਂ, ਬਹੁਤ ਸਾਰੀ ਕੁਐਰੀਜ਼ ਹੁਣ ਉਸਨੂੰ ਲੈ ਕੇ ਵੀ ਸਾਡੇ ਕੋਲ ਲਗਾਤਾਰ ਆ ਰਹੀਆਂ ਨੇ, ਸੋ ਉਸੇ ਨੂੰ ਲੈ ਕੇ ਕੁਝ ਹੋਰ ਗੱਲਾਂ ਤੁਹਾਡੇ ਨਾਲ ਕਲੀਅਰ ਕਰਾਂਗੇ ਕਿਉਂਕਿ ਪੇਰੈਂਟਸ ਦਾ ਬਹੁਤ ਸਾਰੇ ਸਵਾਲ ਰਹਿੰਦੇ ਨੇ ਕਿਉਂਕਿ ਬੱਚਾ ਜਿਹੜਾ ਜਾ ਰਿਹਾ ਹੈ 5ਵੀਂ ਤੋਂ ਲੈ ਕੇ 10ਵੀਂ ਕਲਾਸ ਤੱਕ ਦਾ ਅਗਰ ਸਟੂਡੈਂਟ ਜਾਣਾ ਚਾਹ ਰਿਹਾ ਹੈ, 11ਵੀਂ ਦਾ ਸਟੂਡੈਂਟ ਜਾਣਾ ਚਾਹ ਰਿਹਾ ਹੈ, ਤਾਂ ਉਹਦੇ ਲਈ ਸਹੀ ਪ੍ਰੋਸੈਸ, ਸਹੀ ਚੀਜ਼ਾਂ, ਮੈਚ ਮੇਕਿੰਗ, ਚਾਹੇ ਆਪਾਂ ਡਾਕੂਮੈਂਟਸ ਦੀ ਹੀ ਗੱਲ ਕਰ ਲਈਏ ਕਿਉਂਕਿ ਡਾਕੂਮੈਂਟਸ ਬਹੁਤ ਹੀ ਜ਼ਰੂਰੀ ਪਹਿਲੂ ਹੈ ਜਿੱਥੇ ਗੱਲ ਆਸਟ੍ਰੇਲੀਆ ਦੀ ਆ ਜਾਂਦੀ ਹੈ। ਸੋ ਬਹੁਤ ਸਾਰੇ ਸਵਾਲ ਨੇ ਸਾਡੇ ਕੋਲ ਆਏ ਹੋਏ ਤੁਹਾਡੇ ਸਾਰਿਆਂ ਦੇ, ਅਤੇ ਉਹਨਾਂ ਦੇ ਹੀ ਜਵਾਬ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਖਾਸ ਤੌਰ 'ਤੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਅਤੇ ਅਜੇ ਸਕੂਲਿੰਗ ਵੀਜ਼ਾ, ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਕਈ ਸਾਰੇ ਪੁਆਇੰਟਸ ਤੁਹਾਡੇ ਨਾਲ ਕਲੀਅਰ ਕਰਨ ਜਾ ਰਹੇ ਨੇ। ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ, ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ, ਆਪਾਂ ਗੱਲ ਕਰੀਏ ਤਾਂ 25-26 ਸਾਲਾਂ ਤੋਂ ਜਿਵੇਂ ਤੁਸੀਂ ਇਸ ਫੀਲਡ ਵਿੱਚ ਹੋ, ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਹੋ, ਬਹੁਤ ਹੀ ਸਾਰੇ ਸਟੂਡੈਂਟਸ ਨੇ ਜਿਹੜੀ ਤੁਹਾਡੀ ਗਾਈਡੈਂਸ ਦੇ ਨਾਲ ਆਪਣਾ ਫਿਊਚਰ ਬ੍ਰਾਈਟ ਵੀ ਕਰ ਚੁੱਕੇ ਨੇ, ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਜਦੋਂ ਗੱਲ ਹੁੰਦੀ ਹੈ ਪਹਿਲਾਂ ਤਾਂ ਇਹੀ ਚੀਜ਼, ਇਹ ਕਿੰਨਾ ਕੁ ਸੌਖਾ ਪ੍ਰੋਸੈਸ ਹੈ, ਕਿੰਨਾ ਕੁ ਡਿਫੀਕਲਟ ਹੈ, ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਲਈ ਇਹ ਬੈਸਟ ਸੂਟੇਬਲ ਆਪਸ਼ਨ ਹੈ? ਆਸਟ੍ਰੇਲੀਆ ਸਕੂਲਿੰਗ ਵੀਜ਼ਾ ਮੇਰਾ ਇੰਟਰਸਟਿੰਗ ਜਿਹੜਾ ਸਬਜੈਕਟ ਹੈ, ਕਿਉਂਕਿ ਹਰ ਪੇਰੈਂਟ ਚਾਹੁੰਦੇ ਉਹਨਾਂ ਦਾ ਬੱਚਾ ਅੱਛੇ ਸਕੂਲ 'ਚ ਪੜ੍ਹੇ। ਇੰਡੀਆ ਦੇ ਵਿੱਚ ਮੇਰੇ ਖਿਆਲ ਅਸੀਂ ਜਿਹੜਾ ਇਹਨਾਂ ਨੂੰ ਬੋਰਡਿੰਗ ਸਕੂਲ 'ਚ ਪਾਉਂਦੇ ਹਾਂ, ਪੇਰੈਂਟਸ ਤੋਂ ਅਲੱਗ ਰਹਿੰਦੇ ਆ ਬੱਚੇ, ਕੀ ਚਾਹੁੰਦੇ ਆ ਉਹ ਕਿ ਓਵਰਆਲ ਬੱਚੇ ਨੂੰ ਐਕਸਪੋਜ਼ਰ ਮਿਲੇ। ਇਹੀ ਐਕਸਪੋਜ਼ਰ ਜਬ ਬਾਹਰ ਦੀ ਕੰਟਰੀ 'ਚ ਮਿਲੇ ਤਾਂ ਮੇਰੇ ਖਿਆਲ ਪੈਸਾ ਵੀ ਉਨਾ ਕੁ ਲੱਗਦਾ, ਕਿਉਂਕਿ ਬੋਰਡਿੰਗ ਸਕੂਲਾਂ ਦਾ ਪੈਸਾ ਘੱਟ ਨਹੀਂ ਆ, ਇਟਸ ਏ ਹਿਊਜ ਅਮਾਊਂਟ। ਅਤੇ ਤੁਸੀਂ ਬੱਚੇ ਨੂੰ ਭੇਜ ਸਕਦੇ ਹੋ, ਆਸਟ੍ਰੇਲੀਆ ਵੈਲਕਮ ਕਰਦੀ ਹੈ ਸਕੂਲਿੰਗ ਸਟੂਡੈਂਟ ਨੂੰ, ਔਰ ਜਿਹੜੇ ਵਿਕਟੋਰੀਆ ਗਵਰਨਮੈਂਟ ਦੇ ਗਵਰਨਮੈਂਟ ਸਕੂਲਸ ਦੇ ਅਸੀਂ ਮੇਨ ਰਿਪ੍ਰੈਜੈਂਟੇਟਿਵ ਹਾਂ, ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ। ਮੈਂ ਬਹੁਤ ਛੋਟੇ ਬੱਚੇ ਦੀ ਇਨਕੁਆਇਰੀ ਨਹੀਂ ਲੈਂਦੀ, ਕਿਉਂਕਿ ਜਾਂ ਤਾਂ ਤੁਸੀਂ ਇੰਨੇ ਮਤਲਬ ਮਲਟੀ ਮਿਲੀਨੀਅਰ ਹੋ, ਤੁਸੀਂ ਛੋਟੇ ਬੱਚੇ ਨੂੰ ਪੜ੍ਹਾ ਸਕਦੇ ਹੋ, ਫਿਰ ਤਾਂ ਠੀਕ ਹੈ। ਨਹੀਂ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ 5th ਆਨਵਰਡ ਬੱਚੇ ਦੀ ਮੈਂ ਇਨਕੁਆਇਰੀ ਲਵਾਂ, 6th, 7th, 8th ਕੋਈ ਵੀ ਕਲਾਸ 'ਚ ਬੱਚਾ ਜਾਏ। ਉਹਨਾਂ ਦੇ ਜਿਹੜੇ ਮੇਨ ਸਬਜੈਕਟਸ ਹੈ, 60% ਹਰ ਸਬਜੈਕਟ ਜੋ ਦੇਖ ਰਹੇ ਆ ਮੇਨ ਸਬਜੈਕਟਸ ਦੇ ਵਿੱਚ, ਇਹ ਕਾਫੀ ਇੰਪੋਰਟੈਂਟ ਥੋੜ੍ਹਾ ਜਿਹਾ ਚੇਂਜ ਹੋਇਆ ਹੁਣ ਇਸੇ ਇਨਟੇਕ ਤੋਂ, ਕਿ ਜਿੰਨੇ ਵੀ ਉਹਦੇ ਬੱਚੇ ਦੇ ਮੇਨ ਸਬਜੈਕਟ ਉਹਦੇ ਵਿੱਚ 60% ਮਿਨੀਮਮ ਹੋਏ। ਲਾਸਟ 3 ਈਅਰ ਦੀ ਮਾਰਕਸ਼ੀਟ ਸਾਨੂੰ ਚਾਹੀਦੀ ਹੁੰਦੀ ਹੈ, ਔਰ ਬਰਥ ਸਰਟੀਫਿਕੇਟ ਬੱਚੇ ਦਾ ਚਾਹੀਦਾ ਹੁੰਦਾ, ਔਰ ਫਾਈਨੈਂਸ਼ੀਅਲ ਡਾਕੂਮੈਂਟ ਪੇਰੈਂਟਸ ਦੇ। ਇਹਦੇ ਵਿੱਚ ਪੇਰੈਂਟਸ ਮੀਨਸ ਮੇਰੀ ਜਿਹੜੀ ਕੋਸ਼ਿਸ਼ ਹੈ, ਮੈਂ ਇੱਕ ਪੇਰੈਂਟ ਨੂੰ ਜੋ ਚਾਹੁੰਦੇ ਆ ਅਤੇ ਨਾਲ ਜਾ ਸਕਦੇ ਆ, ਉਹ ਵੀ ਮਦਰ ਦੀ ਮੇਰੀ ਕੋਸ਼ਿਸ਼ ਹੁੰਦੀ, ਕਿਉਂਕਿ ਫਾਦਰ ਕਮਾ ਰਿਹਾ, ਉਹ ਹੀ ਬੱਚੇ ਦੀ ਸਕੂਲ ਦੀ ਫੀਸਾਂ ਭਰ ਰਿਹਾ, ਅਤੇ ਆਈ ਡੋਂਟ ਵਾਂਟ ਕਿ ਇਹਨਾਂ ਦਾ ਪ੍ਰੋਫਾਈਲ ਖਰਾਬ ਹੋਏ, ਅਤੇ ਮੈਂ ਮਦਰ ਦੇ ਨਾਲ ਬੱਚੇ ਨੂੰ ਭੇਜ ਦਿੰਦੀ ਹਾਂ। ਫਾਦਰ ਤਾਂ ਟੂਰਿਸਟ ਵੀਜ਼ੇ 'ਤੇ ਫਿਰ ਵੀ ਉਹਨਾਂ ਨੂੰ ਮਿਲਣ ਜਾ ਹੀ ਸਕਦਾ ਜਦ ਮਰਜ਼ੀ ਜਾਏ, ਕਿਉਂਕਿ ਜਦ ਉਹਨਾਂ ਦਾ ਬੱਚਾ ਪੜ੍ਹ ਰਿਹਾ ਤਾਂ ਟੂਰਿਸਟ ਵੀਜ਼ਾ। ਜਿਹੜੇ ਵੀ ਪੇਰੈਂਟਸ ਜਿਨ੍ਹਾਂ ਦੇ ਬੱਚੇ ਪੜ੍ਹ ਰਹੇ ਆ ਆਸਟ੍ਰੇਲੀਆ, ਟੂਰਿਸਟ ਵੀਜ਼ਾ ਆਸਟ੍ਰੇਲੀਆ ਇਹੋ ਜਿਹੀ ਕੰਟਰੀ ਹੈ ਜਿਹੜੇ ਬਹੁਤ ਸੌਖੇ ਤਰੀਕੇ ਨਾਲ ਦੇ ਸਕਦਾ, ਕਿਸੇ ਵੀ ਟੂਰਿਸਟ ਵੀਜ਼ੇ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਦੈਟਸ ਨੋਟ ਅ ਪ੍ਰੋਬਲਮ। ਹੁਣ ਸਕੂਲਿੰਗ ਵੀਜ਼ਾ 'ਚ ਤੁਸੀਂ ਜਿਹੜਾ ਧਿਆਨ ਰੱਖਣਾ ਹੈ ਕਿ ਬੱਚੇ ਦੀ 60% ਮਿਨੀਮਮ ਹੋਏ ਹੋਏ, ਫਾਈਨੈਂਸ਼ੀਅਲ ਡਾਕੂਮੈਂਟਸ ਤੁਹਾਡੇ ਰੇਡੀ ਹੋਣ, ਇਨਕਮ ਟੈਕਸ ਰਿਟਰਨ ਤੁਹਾਡੇ ਰੇਡੀ ਹੋਏ, ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਬੱਚੇ ਨੂੰ ਸਕੂਲ ਵਾਸਤੇ ਭੇਜ ਸਕਦੇ ਹੋ, ਸਕੂਲਿੰਗ ਐਜੂਕੇਸ਼ਨ ਵਾਸਤੇ ਆਸਟ੍ਰੇਲੀਆ ਤੁਸੀਂ ਭੇਜ ਸਕਦੇ ਹੋ। ਜੀ, ਅਤੇ ਮੈਮ ਕੋਈ ਬੋਰਡ ਨੂੰ ਲੈ ਕੇ ਵੀ ਸਿਲੈਕਟਿਵ ਹੁੰਦਾ ਆਸਟ੍ਰੇਲੀਆ ਜਦੋਂ ਸਕੂਲਿੰਗ ਵੀਜ਼ਾ ਦੀ ਗੱਲ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਪੇਰੈਂਟਸ ਦੇ ਸਵਾਲ ਨੇ ਕਿ ਪੰਜਾਬ ਬੋਰਡ ਤੋਂ ਬੱਚਾ ਪੜ੍ਹ ਰਿਹਾ ਕਿ ਉਸਦਾ ਵੀ ਪ੍ਰੋਸੈਸ ਸਹੀ ਢੰਗ ਨਾਲ ਹੋ ਸਕੇਗਾ, ਜਾਂ CBSE ਜਾਂ ਕੋਈ ਸਪੈਸੀਫਿਕ ਕੋਈ ਸਕੂਲਿੰਗ ਵੀਜ਼ਾ ਦੇ ਵਿੱਚ ਇਹੋ ਜਿਹੀ ਕੋਈ ਅੜਚਨ ਨਹੀਂ ਹੈ ਕਿ ਕਿਹੜਾ ਬੋਰਡ ਹੋਣਾ ਚਾਹੀਦਾ। ਸਕੂਲਿੰਗ ਵੀਜ਼ਾ ਦੇ ਵਿੱਚ ਮੇਨਲੀ ਪਰਸੈਂਟੇਜ ਹੈ ਕਿ 60% ਹਰ ਸਬਜੈਕਟ 'ਚ ਉਹ ਦੇਖਦੇ ਆ, ਮੇਨਲੀ ਇਹੀ ਹੈ, ਬਾਕੀ ਕੋਈ ਮਰਜ਼ੀ ਬੋਰਡ ਹੋਏ ਉਹਦੀ ਕੋਈ ਪ੍ਰੋਬਲਮ। ਠੀਕ ਹੈ, ਠੀਕ ਹੈ। ਹੋਰ ਮੈਮ, ਬਾਕੀ ਅਗਰ ਆਪਾਂ ਐਲੀਜੀਬਿਲਿਟੀ ਦੀ ਗੱਲ ਕਰਦੇ ਹਾਂ, ਮਾਰਕਸ ਦੀ ਆਪਾਂ ਗੱਲ ਕਰ ਚੁੱਕੇ ਹਾਂ, ਫਾਈਨੈਂਸ਼ੀਅਲਸ ਨੂੰ ਲੈ ਕੇ ਕਿਹੜੀ ਗੱਲਾਂ ਦਾ ਇੱਥੇ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ, ਔਰ ਕਿਸ ਤਰ੍ਹਾਂ ਦੇ ਸਪੈਸੀਫਿਕ ਆਪਾਂ ਡਾਕੂਮੈਂਟਸ ਦੀ ਵੀ ਜ਼ਰੂਰਤ ਮੰਨਦੇ ਹਾਂ ਤਾਂ ਕਿ ਸਟੂਡੈਂਟਸ ਖੁਦ ਦੇਖ ਸਕਣ ਕਿ ਅਸੀਂ ਇਹ ਚੀਜ਼ਾਂ ਅਰੇਂਜ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਦੇਖੋ, ਜਿਹੜਾ ਆਸਟ੍ਰੇਲੀਆ ਦਾ ਰੂਲ ਹੈ, 1 ਈਅਰ ਐਜੂਕੇਸ਼ਨ ਦੇ ਫਾਈਨੈਂਸ਼ੀਅਲ ਡਾਕੂਮੈਂਟ ਦੇਖਦੇ ਆ। ਓਕੇ, ਠੀਕ ਹੈ। ਇਹਦੇ ਵਿੱਚ ਅਸੀਂ ITR ਬਹੁਤ ਸਟਰੋਂਗ ਮੰਗਦੇ ਹਾਂ, ਇਸ ਕਰਕੇ ਮੰਗਦੇ ਹਾਂ ਕਿਉਂਕਿ ਉਹਨਾਂ ਨੇ ਹਰ ਸਾਲ ਪੜ੍ਹਾਉਣਾ, ਮਤਲਬ ਬੱਚਾ 6th 'ਚ ਹੈ ਜਾਂ 7th ਵਿੱਚ ਹੈ ਤਾਂ ਅੱਗੇ 8th, 9th, 10th ਵਿੱਚ ਵੀ ਤਾਂ ਪੜ੍ਹਾਉਣਾ, ਅਤੇ ਉਹ ਸਾਰੇ ਪੇਰੈਂਟਸ ਉਹਨੂੰ ਅਫੋਰਡ ਕਰ ਸਕਦੇ ਐਜੂਕੇਸ਼ਨ ਨੂੰ ਜਾਂ ਨਹੀਂ ਕਰ ਸਕਦੇ,
ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੁੰਦਾ ਹੈ। ਇਸ ਕਰਕੇ ਜਿਹੜਾ ਇਨਕਮ ਟੈਕਸ ਰਿਟਰਨਾਂ 'ਤੇ ਬਹੁਤ ਧਿਆਨ ਦਿੱਤਾ ਜਾਂਦਾ ਕਿ ਇਨਕਮ ਅੱਛੀ ਹੋਏ ਤਾਂ ਜਿਹੜੇ ਹੁਣ ਇਨਕਮ ਦੇ ਵਿੱਚ ਕੀ ਹੈ, ਉਹਦੇ ਦਾਦਾ ਦਾਦੀ ਨਾਨਾ ਨਾਨੀ ਉਹਦੇ ਤਾਏ ਚਾਚੇ ਵੀ ਉਹਨੂੰ ਸਪੋਂਸਰ ਕਰ ਸਕਦੇ ਆ ਬੱਚੇ ਨੂੰ, ਲੇਕਿਨ ਦਾਦਾ ਦਾਦੀ ਨਾਨਾ ਨਾਨੀ ਉਹ ਪੇਰੈਂਟਸ ਦੀ ਇਨਕਮ ਜਿਹੜੀ ਹੈ ਉਹ ਸਾਡੇ ਵਾਸਤੇ ਜ਼ਿਆਦਾ ਸਟਰੋਂਗ ਹੈ। जी बिल्कुल। सो होर डिटेल विच देखो अगर पेरेंट्स जानना चाहते ने आस्ट्रेलिया स्कूलिंग वीज़ा बारे तो जरूर जो नंबर डिस्प्ले है इस उपर भी कॉल करके पूछ सकते हो, क्योंकि जो असं कोई वीडियो लैके आने हैं तो बहुत सारे अलग अलग तरह के सवाल पेरेंट्स के मन में आते हैं। कमेंट सैक्शन में भी तुम ये सवाल साढ़े सांझे जरूर कर सकते हो। नेविगेटर्स ओवरसीज़ ऑफिस भी विजिट करके मैम न मिलकर डिटेल में अपनी प्रोफाइल समझा सकते हो, तो सही ढंग किवें अगे वधना है इस बारे पूरी सही जानकारी तुम जरूर लै सकते हो। मैम थोड़ा बहुत बहुत थैंक्स ऑस्ट्रेलिया स्कूलिंग वीज़ा नूं लैके जिन्हें भी सवाल साढ़े कोल आए सी तुसी उन्होंने बहुत चंगे जो है जवाब और जानकारी सारे तक पहुँचाई है। सो अगों भी असी सारे इसी तरह नाल होर इनफॉर्मेटिव वीडियोज़ लैके आते रहेंगे। फिलहाल ही दिओ जी इजाजत। थैंक यू सो मच। थैंक यू सो मच।